ਵੱਡੀ ਰੂਹ ਕਮਾਉਂਦੇ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਤੋਂ, ਜਿੱਥੇ ਕਿ ਗੁਰਦਾਸਪੁਰ ਦੇ 3 ਨੌਜਵਾਨਾਂ ਸਹਿਤ 5 ਲੋਕ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹਾ ਦੇ ਚੁਰਾਹ ਵਿੱਚ ਮਹਿੰਦਰਾ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤੇ ਉਹਨਾਂ ਦੀ ਗੱਡੀ 1000 ਫੁੱਟ ਨੀਚੇ ਖਾਈ ਵਿੱਚ ਡਿੱਗ ਗਈ ਤੇ ਜਿਸ ਵਿੱਚ ਕਿ ਮੌਕੇ ਤੇ ਹੀ 3 ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਗੁਰਦਾਸਪੁਰ ਦੇ 3 ਨੌਜਵਾਨਾਂ ਦੇ ਘਰ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਹੈ, ਜਿਨ੍ਹਾਂ ਵਿੱਚ ਗੁਰਦਾਸਪੁਰ ਦੇ ਰਜੀਵ ਵਰਮਾ ਇੱਕ ਫਾਈਨਾਂਸ ਕੰਪਨੀ ਵਿੱਚ ਸਰਵੇਅਰ ਦਾ ਕੰਮ ਕਰਦੇ ਸੀ ਤੇ ਮੋਹਨ ਲਾਲ ਸਰੰਗਲ ਜੋ ਦੀਨਾ ਨਗਰ ਵਿੱਚ ਰਹਿੰਦੇ ਸੀ ਤੇ PWD ਵਿਭਾਗ ਵਿੱਚ ਐਕਸੀਅਨ ਸੀ ਜੋ ਪਠਾਨਕੋਟ ਵਿੱਚ ਤੈਨਾਤ ਸਨ ਅਤੇ ਹਲਕਾ ਦੀਨਾ ਨਗਰ ਵਿੱਚ ਰਹਿੰਦੇ ਸੀ, ਜਦਕਿ ਅਮਰਜੀਤ ਸਿੰਘ ਇੱਕ NRI ਸੀ ਜੋ ਅਮਰੀਕਾ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸੀ ਤੇ ਉਹਨਾਂ ਦੀ ਮਾਤਾ ਦਾ ਕੁਝ ਦਿਨ ਪਹਿਲਾਂ ਹੀ ਦੇਹਾਂਤ ਹੋਇਆ ਸੀ ਤੇ ਉਹ 24 ਜੂਨ ਨੂੰ ਇੱਥੇ ਪੰਜਾਬ ਗੁਰਦਾਸਪੁਰ ਪਹੁੰਚੇ ਸੀ ਤੇ ਉਹਨਾਂ ਦੇ 2 ਬੇਟੇ ਤੇ 1 ਬੇਟੀ ਹੈ ਤੇ ਉਹ ਅਮਰੀਕਾ ਵਿੱਚ ਨੌਕਰੀ ਕਰਦੇ ਹਨ, ਪਰ ਹੁਣ ਇਹਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੋ ਆਪਣੇ ਦੋਸਤਾਂ ਦੇ ਨਾਲ ਉਹ ਹਿਮਾਚਲ ਚਲੇ ਗਏ ਤੇ ਇਸ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ। ਸਾਡੇ ਬ੍ਰਦਰ ਇਹਨਾਂ ਦੇ ਮਾਤਾ ਐਕਸਪਾਇਰ ਹੋ ਗਏ, ਉਹਨਾਂ ਦੇ ਭੋਗ 'ਤੇ ਆਏ ਸੀਗੇ ਮਾਤਾ ਅੰਮ੍ਰਿਤਸਰ ਦੇ ਵੱਡੇ ਭਰਾ ਕੋਲ ਅਤੇ 24 ਜੂਨ ਨੂੰ 24 ਰਾਤ ਨੂੰ ਪਹੁੰਚੇ ਸਾਡੇ ਕੋਲ ਜੂਨ ਨੂੰ ਅਤੇ 27 ਨੂੰ ਭੋਗ ਗਿਆ ਅਤੇ ਫਿਰ ਆਪਣੇ ਗੁਰਦਾਸਪੁਰ ਘਰ ਆ ਗਏ। ਘਰ ਆ ਕੇ ਕੋਈ ਯਾਰ ਦੋਸਤ ਸੀ ਉਹ ਇਹਨਾਂ ਨਾਲ ਲੱਗੇ ਚੰਬੇ, ਮਾੜੀ ਘੜੀ ਆ ਗਈ, ਬਹੁਤ ਮਾੜਾ ਹੋਇਆ ਜਿਹੜਾ ਇਹ ਘਟਨਾ ਜਾ ਕੇ ਉੱਥੇ ਕਿਤੇ ਗੱਡੀ ਫਟ ਕੇ ਮੌਤ ਹੋ ਗਈ। ਪਤਾ ਲੱਗਾ ਕੋਈ ਡੈਡ ਬੋਡੀ ਲੈਣ ਗਿਆ ਫੈਮਿਲੀ ਦੇ ਵਿੱਚੋਂ? ਹਾਂ, ਡੈਡ ਬੋਡੀ ਇੱਕ ਇਹਨਾਂ ਦੇ ਸਿਰ ਮਾਮੇ ਦਾ ਲੜਕਾ ਗਿਆ ਵਾ ਅਤੇ ਇੱਕ ਇਹਨਾਂ ਦੀ ਭੈਣ ਦਾ ਸਿਸਟਰ ਦਾ ਦੇਰਾ ਮੁੰਡਾ ਪਿੱਟਾ ਪਿੱਟਾ ਕਲਾ ਨੌਤ ਹੋ ਗਏ। ਇਸ ਘਰ ਦੇ ਵਿੱਚ ਕੋਈ ਵੀ ਨਹੀਂ ਆ, ਕੋਈ ਦਿਖ ਨਹੀਂ ਰਿਹਾ? ਇਹ ਘਰ ਦੇ ਵਿੱਚ ਸਾਰਾ ਪਰਿਵਾਰ ਬਾਹਰ ਆ, ਇਹਨਾਂ ਦੇ ਵੱਡੇ ਬ੍ਰਦਰ ਪਰਿਵਾਰ ਸਮੇਤ ਅੰਮ੍ਰਿਤਸਰ ਰਹਿ ਰਹੇ, ਯੂਨੀਵਰਸਿਟੀ ਡਾਕਟਰ ਬਣੀਏ। ਹਾਂ, ਅਤੇ ਇੱਥੇ ਇਹ ਘਰ ਗਏ। ਸੰਸਕਾਰ ਕਿੱਦਾਂ ਫਿਰ ਕਰ ਕੀਤਾ ਜਾਏਗਾ? ਸੰਸਕਾਰ ਇਹਨਾਂ ਦਾ ਪਰਿਵਾਰ ਸਾਰਾ ਅਮੈਰੀਕਾ ਅਤੇ ਅਮੈਰੀਕਾ ਬੁੱਧਵਾਰ ਨੂੰ ਪਰਿਵਾਰ ਪਹੁੰਚ ਜਾਣਾ ਅਤੇ ਲਗਭਗ ਬੁੱਧਵਾਰ ਹੀ ਸੰਸਕਾਰ ਹੋਏਗਾ। ਕਿੰਨੇ ਵਜੇ ਪਤਾ ਚੱਲਿਆ ਸੀ ਇਹ ਘਟਨਾ ਵਾਪਰੀ ਆ? ਕੱਲ੍ਹ 4 ਵਜੇ ਘਟਨਾ ਵਾਪਰੀ, ਸਾਨੂੰ ਪਤਾ ਲੱਗਾ, ਸਾਨੂੰ 6 ਤੱਕ ਸਾਨੂੰ 7 ਵਜੇ ਇਨਫੋਰਮੇਸ਼ਨ ਮਿਲੀ ਸੀ। ਉਹਨਾਂ ਦੇ ਕੋਈ ਦੋਸਤ ਨੇ ਸਰਵੇਅਰ ਨੇ ਉੱਥੇ ਪਠਾਨਕੋਟ ਦੇ ਵਿੱਚ, ਉਹਨਾਂ ਦੇ ਕੰਪਨੀ ਵੱਲੋਂ ਉਹਨਾਂ ਨੂੰ ਕੋਈ ਫੋਨ ਆਇਆ ਸੀ ਵੀ ਇਹਨਾਂ ਦਾ ਉੱਥੇ ਐਕਸੀਡੈਂਟ ਹੋ ਗਿਆ ਚੰਬੇ ਦੇ ਕੋਲ ਕੋਈ ਜਗ੍ਹਾ ਅਤੇ ਪਾਂਗੀ ਵੈਲੀ ਦੇ ਨੇੜੇ ਤੇੜੇ ਜਗ੍ਹਾ ਤੀਸਾ ਨਾਮ, ਉੱਥੇ ਇਹਨਾਂ ਐਕਸੀਡੈਂਟ ਹੋ ਗਿਆ ਅਤੇ ਸੀਰੀਅਸ ਨੇ ਨਾਲ। ਉਹਦੇ ਬਾਅਦ ਥੋੜ੍ਹੀ ਕੁ ਦੇਰ ਬਾਅਦ ਸਾਡੇ ਘਰ ਪੁਲਿਸ ਆ ਗਈ, ਕਹਿੰਦੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੈ ਚੰਬੇ ਪੁਲਿਸ ਤੋਂ ਕਿ ਇਸ ਤਰ੍ਹਾਂ 4-5 ਬੰਦੇ ਨੇ ਗੁਰਦਾਸਪੁਰ ਦੇ, ਉਹਨਾਂ ਦੀ ਕਾਰ ਐਕਸੀਡੈਂਟ 'ਚ ਡੈਥ ਹੋ ਗਈ, ਅਸੀਂ ਕਨਫਰਮੇਸ਼ਨ ਕਰਨਾ ਆਇਆ ਤੁਹਾਡੇ ਕੋਲ। ਅਸੀਂ ਫਿਰ ਉਹਨਾਂ ਨੂੰ ਕਨਫਰਮ ਕਰਦੇ, ਠੀਕ ਹੈ ਤੁਹਾਡੇ ਲਈ, ਮੇਰੇ ਬ੍ਰਦਰ ਨੇ ਛੋਟੇ ਨੇ ਕੰਮ ਕੀਤਾ। ਉਹਦੇ ਬਾਅਦ ਫਿਰ ਪਤਾ ਲੱਗਿਆ ਹਾਦਸਾ ਕਿਸ ਤਰ੍ਹਾਂ ਵਾਪਰਿਆ? ਇਹ ਸਵੇਰ ਸੀ ਐਕਚੁਅਲੀ, ਉੱਥੇ ਨਾ ਕੋਈ ਕਾਰ ਸੀ ਜਾਂ ਸੁਮੋ ਇਸ ਤਰ੍ਹਾਂ ਦੀ ਗੱਡੀ ਸੀ, ਉਹਦਾ ਐਕਸੀਡੈਂਟ ਹੋ ਗਿਆ ਸੀ ਉੱਥੇ ਕੁਛ ਦਿਨ ਪਹਿਲਾਂ, ਉਹਦਾ ਸਰਵੇ ਕਰਨ ਗਏ ਸੀ ਉੱਥੇ। ਉੱਥੇ ਫਿਰ ਉਹਨਾਂ ਨੂੰ ਮਾਰਕ ਹੋਈ ਸੀ ਤਾਂ ਉੱਥੇ ਸਰਵੇ ਕਰਨ ਗਏ ਸੀ, ਉੱਥੋਂ ਅੱਗੇ ਇਹਨਾਂ ਨੇ ਆਪਣੀ ਕਾਰ ਖੜ੍ਹੀ ਕਰਤੀ ਅਤੇ ਉਹਨਾਂ ਜਿੰਨਾ ਬੰਦਿਆਂ ਦੀ ਗੱਡੀ ਉੱਥੇ ਡਿੱਗੀ ਸੀ ਖੱਡ ਦੇ ਵਿੱਚ ਅਤੇ ਉਹਨਾਂ ਨਾਲ ਹੀ ਬੈਠ ਕੇ ਚਲੇ ਗਏ ਵਾਪਸੀ। ਅਤੇ ਉਹ ਕਹਿੰਦੇ ਵੀ ਕੋਈ ਧੁੰਦ ਆ ਗਈ, ਅੱਗੇ ਸਰਵੇ ਕਰਨ ਦੇ ਬਾਅਦ ਵਾਪਸ ਆਏ ਤਾਂ ਕੋਈ ਧੁੰਦ ਵਗੈਰਾ ਆ ਗਈ ਅੰਦਰ ਅਤੇ ਉੱਥੇ ਸਲਿੱਪ ਕਰ ਗਈ ਖੱਡ ਦੇ ਵਿੱਚ, ਸਲਿੱਪ ਕਰ ਗਈ ਅਤੇ ਚਲੇ ਗਏ। ਕਦੋਂ ਤੱਕ ਪਤਾ ਚੱਲਿਆ ਕਦੋਂ ਤੱਕ ਡੈਡ ਬੋਡੀ ਜਿਹੜੀ ਵਾਪਸ ਆਉਣੀ ਹੈ? ਉੱਥੇ ਹੁਣ ਸ਼ਾਮੀ 5 ਵਜੇ ਤੱਕ ਵਾਪਸ ਆਉਣੀ, ਉੱਥੋਂ ਚੱਲ ਪਏ ਗਏ ਨੇ ਡੈਡ ਬੋਡੀ ਲਿਆ ਕੇ ਸ਼ਾਮੀ 5 ਵਜੇ ਤੱਕ ਇੱਥੇ ਪਹੁੰਚ ਗਏ। ਕਿੰਨੇ ਬੱਚੇ ਸੀ ਇਹਨਾਂ ਦੇ? 2, ਇੱਕ ਬੇਟਾ ਇੱਕ ਬੇਟੀ। 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਗੁਰੂ ਕਬੀਰ ਜੀ 9820282491। Get X Love back in your life. Moni Vashikaran karwao, manchaha premi premika apne vas vich karo. Pareshani jime Vashikaran karwana cha tudwana. Pati patni ch anban, aulad sukh, videsh yatra, PR ch rukavat, khoya pyar wapas pona, sautan dushman to chutkara, karza mukti, prem vyaj deri, talaq case cha zameeni jhagda. Lottery number pao 649 hove cha Lotto Max. Pyar ch dhokha kha chuke premi premika ek var zarur sampark karo. Main tuhanda pyar tutan nahi devanga. It's my promise.